ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਪੁਲਿਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਵੀ ਨਸ਼ਾ ਤੇ ਕੰਟਰੋਲ ਕਰੋ, ਕੋਈ ਵੀ ਕੇਸ ਇੱਦਾਂ ਦਾ ਬਣਾਓ ਵੀ ਅਸੀਂ ਲੜਾਂਗੇ, ਅਸੀਂ ਜਲਦੀ ਜ਼ਮਾਨਤ ਨਹੀਂ ਹੋਣ ਦਿੰਦੇ। ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਇੱਦਾਂ ਦੀ ਗੱਲਾਂ ਉਹਨਾਂ ਨਾਲ ਕਰ ਚੁੱਕੇ ਨੇ, ਅਫਸਰਾਂ ਨੂੰ ਫਟਕਾਰ ਵੀ ਲਾ ਚੁੱਕੇ ਨੇ ਵੀ ਤੁਹਾਡੇ ਇਲਾਕੇ 'ਚ ਨਸ਼ਾ ਨਹੀਂ ਵਿਕਣਾ ਚਾਹੀਦਾ। ਕੀ ਤੁਹਾਨੂੰ ਲੱਗਦਾ ਵੀ ਜਿਹੜੀ ਅੱਜ ਮੀਟਿੰਗ ਹੋਈ ਹੈ, ਜਿਹੜਾ ਅੱਜ ਉਹਨਾਂ ਨੇ ਸੰਬੋਧਨ ਕੀਤਾ ਹੈਗਾ, ਥੋੜ੍ਹਾ ਜਿਹਾ ਅਫਸਰਾਂ ਨੂੰ ਅਕਲ ਆਈ ਹੋਏਗੀ ਕਿ ਹੁਣ ਅਸੀਂ ਕੁਝ ਕੰਟਰੋਲ ਕਰ ਲਈਏ, ਚਿੱਟਾ ਨਾ ਵਿਕੇ ਜਾਂ ਨਸ਼ਾ ਨਾ ਵਿਕੇ? ਅਫਸਰਾਂ ਨੂੰ ਅਕਲ ਕਦੋਂ ਵੀ ਨਹੀਂ, ਕਦੀ ਵੀ ਨਹੀਂ ਆਉਣੀ ਹੈਗੀ। ਉਹ ਨਾ ਅਕਾਲੀਆਂ ਵੇਲੇ ਆਈ, ਨਾ ਕਾਂਗਰਸੀਆਂ ਵੇਲੇ ਆਈ, ਨਾ ਝਾੜੂ ਵਾਲਿਆਂ ਵਾਲੇ ਆਈ ਹੈਗੀ। ਅਫਸਰ ਤਾਂ ਬਹੁਤ ਸਾਰੇ ਚੰਗੇ ਵੀ ਆ, ਬਹੁਤ ਸਾਰੇ ਮਾੜੇ ਨੇ, ਜ਼ਿਆਦਾ ਮਾੜੇ ਨੇ, ਜ਼ਿਆਦਾ ਤਾਂ ਇਹੀ ਮਿਲੇ ਹੋਏ ਨੇ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਇੱਕ ਉਦਾਹਰਨ ਤਾਂ ਦਿੱਤੀ ਹੈਗੀ ਕਿ ਫਲਾਣੇ ਪਿੰਡ ਦੇ ਵਿੱਚ ਆਹ ਵੇਚਣ ਵਾਲੇ ਸੀ, ਪੁਲਿਸ ਨੂੰ ਵੀ ਪਤਾ ਹੈ ਕਿ ਦੱਸ ਕੇ ਫਿਰ ਉਹ ਹੂਟਰ ਮਾਰ ਕੇ ਆਏ ਨੇ ਵੀ ਮਤਲਬ ਪੁਲਿਸ ਪਹੁੰਚ ਗਈ, ਭੱਜ ਜਾਓ। ਪੁਲਿਸ ਤਾਂ ਮਿਲੀ ਹੋਈ ਆ, ਲਾਂਹ ਤਾਂ ਪਾਈਆਂ ਨੇ, ਪਰ ਸਵਾਲ ਹੈ ਕਿ ਪਰਚੇ ਤਾਂ ਸਟਰੋਂਗ ਬਣਦੇ ਨੇ ਜੇ ਤੁਸੀਂ ਥਾਣਿਆਂ ਦੇ ਵਿੱਚ ਅਤੇ ਪੁਲਿਸ ਚੌਂਕੀਆਂ ਦੇ ਵਿੱਚ ਰੈਗੂਲਰ ਥਾਣੇ ਲਾਏ, ਥਾਣੇਦਾਰ ਲਾਏ ਹੋਏ। ਤੁਸੀਂ ਤਾਂ ਸਾਰੇ ਆਰਜੀ ਥਾਣੇਦਾਰ ਲਾਏ ਨੇ, ਮੁਕੱਦਮੇ ਦੇ ਜਿਹੜਾ ਰੈਗੂਲਰ ਥਾਣੇਦਾਰ ਆ ਉਹਦੇ ਵੱਲੋਂ ਰਜਿਸਟਰਡ ਐੱਫ ਆਈ ਆਰ ਤਾਂ ਨਹੀਂ ਬਰੀ ਹੁੰਦਾ ਕੋਈ। ਜਦ ਆਪਾਂ ਪੁਲਿਸ ਐੱਸ ਐੱਸ ਪੀ ਨੇ ਥੱਲੇ ਡੀ ਜੀ ਪੀ ਸਾਹਿਬ ਪੁੱਛ ਨਹੀਂ ਰਹੇ ਹੋਣਗੇ ਵੀ ਤੁਸੀਂ ਇਹ ਦੱਸੋ ਜਿਹੜੇ ਆਰ ਜੀ ਥਾਣੇਦਾਰ ਲਾਏ ਨੇ ਕਿਉਂ ਲਾਏ ਹੈਗੇ ਨੇ? ਜਿਹੜੇ ਸਿਪਾਹੀ ਨੇ ਉਹ ਜਿਹੜੇ 15-15 ਸਾਲ ਦੀ ਨੌਕਰੀ ਹੋ ਗਈ, ਉਹ ਲੋਅਰ ਰੈਂਕ ਪੈਸੇ ਦੇ ਕੇ ਲੋਅਰ ਰੈਂਕ ਹੁੰਦਾ ਉਹ ਲੈ ਕੇ ਬੈਠੇ ਨੇ, ਉਹ ਮੋਢਿਆਂ ਦੇ ਸਟਾਰ ਬਣਾ ਕੇ ਥਾਣੇਦਾਰੀ ਕਰੀ ਜਾ ਰਹੇ ਨੇ। ਜੇ ਕੋਈ ਨਸ਼ੇ ਦਾ ਜਿਹੜਾ ਕਾਨੂੰਨ ਕਹਿੰਦਾ ਉਹ ਕਹਿੰਦਾ ਰੈਗੂਲਰ ਥਾਣੇ ਐਨ ਡੀ ਪੀ ਐੱਸ ਐਕਟ ਦੇ ਤਹਿਤ ਜਿਹੜਾ ਕੇਸ ਰਜਿਸਟਰਡ ਹੁੰਦਾ ਉੱਥੇ, ਉਹ ਫਿਰ ਦੂਜਿਓਂ ਰੈਗੂਲਰ ਲਿਆਉਂਦੇ, ਉਹ ਕਹਿੰਦਾ ਮੈਂ ਕਿਉਂ ਭੁਗਤਾਂ? ਇਸ ਕਰਕੇ ਜਿਹੜੇ ਨਸ਼ਿਆਂ ਦੇ ਮਸਲੇ ਵਿੱਚ ਉਹ ਦੋਸ਼ੀ ਬਰੀ ਹੋ ਜਾਂਦੇ ਨੇ। ਜਿਹੜਾ ਰਾਜਜੀਤ ਸਿੰਘ ਹੁੰਦਲ ਕਿਉਂ ਭੱਜਿਆ ਫਿਰਦਾ ਹੁਣ, ਕਿਉਂ ਪੁਲਿਸ ਨੇ ਭਜਾਇਆ ਹੈਗਾ? ਉਹ ਪੰਜਾਬ ਪੁਲਿਸ ਨੇ ਭਜਾਇਆ, ਉਹ ਐੱਸ ਟੀ ਐੱਫ ਨੇ ਭਜਾਇਆ, ਉਹ ਪੰਜਾਬ ਵਿਜੀਲੈਂਸ ਬਿਊਰੋ ਨੇ ਭਜਾਇਆ, ਇਹਨਾਂ ਤਿੰਨਾਂ ਨੇ ਰਲ ਕੇ ਭਜਾਇਆ ਹੈਗਾ, ਕਿਉਂਕਿ ਉਹ ਇਹਨਾਂ ਦਾ ਆਪਣਾ ਸੀ। ਕਿਉਂਕਿ ਜੇ ਉਹ ਫੜਿਆ ਜਾਂਦਾ ਤਾਂ ਪੁਲਿਸ ਦੀਆਂ ਕਹਿ ਸਕਦੇ ਕਿ ਮਾਂ ਹੀ ਮਰ ਜਾਣੀ ਸੀ, ਕਿਉਂਕਿ ਉਹਦੇ ਵੱਡੇ ਵੱਡੇ ਉਹਨਾਂ ਦੇ ਉਹਦੇ ਬਾਪੂ ਬੈਠੇ ਹੈਗੇ ਸੀ, ਬਾਪੂਆਂ ਤੱਕ ਗੱਲਾਂ ਪਹੁੰਚ ਜਾਣੀਆਂ ਸੀ। ਹੁਣ ਸਵਾਲ ਇਸੇ ਕਰਕੇ, ਇੱਕ ਇੰਸਪੈਕਟਰ ਰਿਹਾ ਇੰਦਰਜੀਤ ਸਿੰਘ, ਜਿਹੜਾ ਹਰਪ੍ਰੀਤ ਸਿੰਘ ਸਿੱਧੂ ਹੋਣੀ ਜਦੋਂ ਐੱਸ ਟੀ ਐੱਫ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਬਣਾਏ ਸੀ, ਉਹਨੇ ਰਜਿਸਟਰਡ ਕੀਤਾ। ਉਹ ਸਾਰੀ ਉਮਰ ਹੈ ਸਿਪਾਹੀ ਹੌਲਦਾਰ ਰਿਹਾ ਅਤੇ ਉਹਨੇ ਥਾਣੇਦਾਰੀ ਕਈ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੀ। ਉਹ ਕੇਸ ਰਜਿਸਟਰ ਕਰਦਾ ਸੀ, ਜਦੋਂ ਕੇਸ ਜਾਂਦਾ ਸੀ ਉਹ ਹੌਲਦਾਰ ਨਿਕਲਦਾ ਸੀ, ਸਿਪਾਹੀ ਨਿਕਲਦਾ ਸੀ, ਉਹ ਕੇਸ ਸਾਰੇ ਬਰੀ ਹੋ ਜਾਂਦੇ। ਉਹ ਡਰਾਵਾ ਕਿਉਂਕਿ ਮੋਢਿਆਂ ਦੇ, ਹੁਣ ਤੈਨੂੰ ਜਾਂ ਮੈਨੂੰ ਕੀ ਪਤਾ ਕਿ ਥਾਣੇਦਾਰ ਕੱਚਾ ਕਿ ਪੱਕਾ? ਇੱਥੇ ਤਾਂ ਹੁਣ ਡੀ ਜੀ ਪੀ ਵੀ ਕੱਚਾ ਆਰ ਜੀ ਆ, ਅਤੇ ਸਾਨੂੰ ਕੀ ਪਤਾ ਲੱਗਦਾ ਥਾਣੇਦਾਰ ਕੱਚਾ ਕਿ ਪੱਕਾ ਹੈਗਾ ਵੀ ਆਰ ਜੀ ਆ ਕਿ ਰੈਗੂਲਰ ਥਾਣੇਦਾਰ ਆ? ਇਹ ਆਰ ਜੀ ਮਜ਼ਬੂਰੀ ਵੀ ਹੈਗੀ ਪੰਜਾਬ ਦੀ, ਡੀ ਜੀ ਪੀ ਵੀ ਆਰ ਜੀ, ਥਾਣੇਦਾਰ ਵੀ ਆਰ ਜੀ, ਐੱਸ ਐੱਚ ਵੀ, ਸਾਰੇ ਆਰ ਜੀ ਹੈਗੇ ਨੇ। ਇੱਕ ਤਾਂ ਇੱਥੇ ਹੈ, ਮੈਨੂੰ ਲੱਗਦਾ ਪਿੱਛੇ ਜੇ ਇੱਕ ਹੈ ਡੀ ਐੱਸ ਪੀ ਸੀ ਅਤੇ ਉਹ ਐੱਸ ਐੱਸ ਪੀ ਕਰਦਾ ਰਿਹਾ ਹੈਗਾ, ਉਹ ਵੀ ਉੱਦਾਂ ਹੀ ਇੱਦਾਂ ਦੇ ਹੈਗੇ ਜੇ, ਬਥੇਰੀਆਂ ਪੁਲਿਸ ਦੇ ਵਿੱਚ ਖਿਚੋਲੇ ਮਚੋਲੇ ਜਿਹੇ ਹੈਗੇ ਨੇ। ਪਰ ਉਹ ਸਵਾਲ ਇਸ ਮਸਲੇ ਦੇ ਵਿੱਚ ਹੈਗਾ ਕਿ ਨਸ਼ਿਆਂ ਦੇ ਮਸਲੇ ਵਿੱਚ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈਗਾ ਕਿ ਜਿਹੜੇ ਅਕਾਲੀਆਂ ਵੇਲੇ ਵੀ ਐੱਸ ਐੱਸ ਪੀ ਰਹੇ, ਜਿਹੜੇ ਕਾਂਗਰਸੀਆਂ ਵੇਲੇ ਵੀ ਐੱਸ ਐੱਸ ਪੀ ਰਹੇ ਨੇ, ਜਿਹੜੇ ਅਕਾਲੀਆਂ ਵੇਲੇ ਵੀ ਐੱਸ ਐੱਚ ਓ ਅਤੇ ਡੀ ਐੱਸ ਪੀ ਰਹੇ ਨੇ, ਜਿਹੜੇ ਕਾਂਗਰਸੀਆਂ ਵੇਲੇ ਵੀ ਐੱਸ ਐੱਚ ਓ ਅਤੇ ਡੀ ਐੱਸ ਪੀ ਰਹੇ ਨੇ, ਉਹ ਕਿਵੇਂ ਨਸ਼ੇ ਬੰਦ ਕਰ ਲੈਣਗੇ? ਤੁਸੀਂ, ਤੁਹਾਡੇ ਕੋਲ ਕੀ ਗੱਲ, ਥਾਣੇਦਾਰ ਦੇ ਨਵੇਂ ਐੱਸ ਐੱਸ ਪੀ ਨਹੀਂ ਹੈਗੇ? ਬਥੇਰੇ ਐੱਸ ਐੱਸ ਪੀ ਨਵੇਂ ਲਾਓ ਤੁਸੀਂ,
ਜਿਹੜੇ ਪਹਿਲਾਂ ਹੀ SSP DSP SP SHO ਰਹਿ ਚੁੱਕੇ ਨੇ, ਤੁਸੀਂ ਉਹਨਾਂ 'ਤੇ ਭਰੋਸਾ ਕਿਵੇਂ ਕਰ ਸਕਦੇ ਹੈਗੇ ਨੇ? ਉਹਨਾਂ ਨੇ ਤਾਂ ਵੇਖਿਆ ਹੋਊਗਾ। ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਕਿ ਅੱਜ ਉਹਨਾਂ ਨੇ ਕਿਹਾ ਤਾਂ ਹੈਗਾ ਕਿ ਮੁਕੱਦਮੇ ਅਜਿਹੇ ਦਰਜ ਕਰੋ ਬਰੀ ਨਾ ਹੋਵੇ, ਔਰ ਦੂਜਾ ਨਸ਼ਿਆਂ ਦੀ ਅਸੀਂ ਚੇਨ ਤੋੜ ਦਿਉ ਕਿ ਔਰ ਜਿਹੜੇ ਮੁੰਡੇ ਵਿਹਲੇ ਅਸੀਂ ਰੁਜ਼ਗਾਰ ਦੇ ਰਹੇ ਨੇ ਅਤੇ ਵਿਹਲਾ ਦਿਮਾਗ ਸ਼ਤਾਨ ਦਾ ਘਰ, ਉਹ ਆਪਾਂ ਕੰਮ ਹੀ ਉਲਟ ਕਰ ਦੇਣਾ। ਪਰ ਸਵਾਲ ਹੈ ਕਿ ਪੁਲਿਸ ਨਹੀਂ ਕਰ ਸਕਦੀ, ਪੁਲਿਸ ਮਿਲੀ ਹੋਈ ਆ, ਲੀਡਰ ਮਿਲੇ ਹੋਏ ਨੇ। ਤੁਸੀਂ ਦੇਖੋ ਜੋ ਅਕਾਲੀਆਂ ਵੇਲੇ ਮਾਫੀਆ ਚੱਲਦਾ ਰਿਹਾ ਉਹ ਕਾਂਗਰਸ ਵੇਲੇ ਚੱਲਦਾ ਰਿਹਾ, ਜੋ ਕਾਂਗਰਸ ਵੇਲੇ ਚੱਲਦਾ ਰਿਹਾ ਉਹ ਝਾੜੂ ਵੇਲੇ ਚੱਲ ਰਿਹਾ ਹੈਗਾ। ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਾਂ ਕਹਿੰਦੇ ਕਿ ਜਿਹੜੇ ਉਹਨਾਂ ਨੇ ਬੋਲ ਦਿੱਤੇ ਨੇ ਉਹ ਪਗਾਉਣੇ ਕਿੰਨੇ ਨੇ? ਉਹ ਪੁਲਿਸ ਨੇ ਪਗਾਉਣੇ ਨੇ, MLA ਨੇ ਪਗਾਉਣੇ ਨੇ, ਉਹੀ ਨਾ ਉਹਨਾਂ ਦੇ, ਉਹਨਾਂ ਨੇ ਤਾਂ ਕਹਿ ਦਿੱਤਾ। ਹੁਣ ਜ਼ਿੰਮੇਵਾਰੀ ਕਦੀ ਬਣਦੀ DGP ਦੀ SSP ਦੀ ਥੱਲੇ ਕਿ ਸਾਡਾ ਜਦ ਬੌਸ ਕਹਿ ਰਿਹਾ ਕਿ ਆਪਾਂ ਨਸ਼ਾ ਖਤਮ ਕਰਨਾ? ਹੁਣ ਪਿਛਲੀ 15 ਅਗਸਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡਾ ਲਹਿਰਾਉਣ ਤੋਂ ਬਾਅਦ ਕਿਹਾ ਸੀ ਕਿ ਮੈਨੂੰ 1 ਸਾਲ ਹੋਰ ਦੇ ਦਿਉ, ਵੀ ਮੈਂ ਅਗਲੀ 15 ਅਗਸਤ 2024 ਤੱਕ ਅਸੀਂ ਇੱਕ ਜੀ ਉਹ ਸਕ੍ਰਿਪਟ ਤਿਆਰ ਕਰ ਲਈ ਆ। ਅਸੀਂ ਕਹਿੰਦੇ ਕਿ ਲਾਗੂ ਕਰੋ, ਕਿਉਂਕਿ ਕੇਜਰੀਵਾਲ ਸਾਹਿਬ ਦੀ ਵੀ ਹੁਣ ਸਟੇਟਮੈਂਟ ਆ ਜੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੁਲਿਸ ਨੂੰ ਉਹ ਜਿਹੜੀਆਂ ਨਵੀਆਂ ਗੱਡੀਆਂ ਦੇਣ ਤੋਂ ਬਾਅਦ ਸੰਬੋਧਨ ਕਰਦੇ ਹੋਏ ਕਿਹਾ ਹੈਗਾ, ਉਹ ਕੇਜਰੀਵਾਲ ਸਾਹਿਬ ਦੀ ਵੀ ਸਟੇਟਮੈਂਟ ਨਾਲ ਹੀ ਵਿਰੋਧੀਆਂ ਨੇ ਵਾਇਰਲ ਕਰ ਦਿੱਤੀ। ਉਹ ਕਹਿੰਦੇ ਪਾਣੀ ਕਿੰਨੇ 24 ਘੰਟਿਆਂ 'ਚ ਅਸੀਂ ਨਸ਼ਾ ਖਤਮ ਕਰ ਦੇਣਾ। ਮਤਲਬ ਕਰ ਸਕਦੀ ਹੈ, ਇਹਦੇ 'ਚ ਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਬਹੁਤ ਜ਼ਿਆਦਾ ਇੱਛਾ ਸ਼ਕਤੀ ਹੈ, ਪੋਲੀਟੀਕਲ ਵਿਲ ਹੈ, ਪਰ ਇਕੱਲਾ ਬੰਦਾ ਨਹੀਂ ਕਰ ਸਕਦਾ, ਉਹਦੇ ਨਾਲ ਸੈਨਾ ਚਾਹੀਦੀ ਆ, ਅਤੇ ਸੈਨਾ ਬੇਈਮਾਨ ਆ, ਇਮਾਨਦਾਰੀ ਦੇ ਨਾਲ ਕੋਈ ਕੰਮ ਨਹੀਂ ਕਰਦਾ। ਇਕੱਲਾ ਭਗਵੰਤ ਮਾਨ ਡਟਿਆ, ਹੁਣ ਭਗਵੰਤ ਮਾਨ ਕੀ ਕਰੇ? ਉਹ SHO ਵੀ ਉਹੀ ਬਣ ਜੇ, SSP ਵੀ ਉਹੀ ਬਣ ਜੇ, DGP ਵੀ ਉਹੀ ਬਣ ਜੇ, ਤਹਿਸੀਲਦਾਰ ਵੀ ਉਹੀ ਬਣ ਜੇ, ਮੰਤਰੀ ਵੀ ਉਹੀ ਬਣ ਜੇ। ਉਹਦੇ ਇੱਕ ਸਾਡੀ ਸਟੇਟ ਦੇ ਹੈੱਡ ਨੇ, ਉਹਨਾਂ ਨੇ ਕੰਮ ਵੜਤੇ ਵੀ ਆਹ ਮਹਿਕਮਾ ਉਹਦੇ ਕੋਲ, ਆਹ ਪੁਲਿਸ ਉਹਦੇ ਕੋਲ, ਆਹ ਥਾਣੇਦਾਰ ਉਹ ਆ, ਅਤੇ ਜੇ ਥੱਲੇ ਨਹੀਂ ਕੰਮ ਕਰਦੇ ਹੈਗੇ ਨੇ ਤਾਂ ਉਹ ਹੁਣ ਕਰੇਗੀ? ਹੁਣ ਸਵਾਲ ਇਹ ਹੈ ਕਿ ਅੱਜ ਘੱਟੋ ਘੱਟ ਪੰਜਾਬ ਪੁਲਿਸ ਦੇ ਉਹਨਾਂ ਬੇਈਮਾਨਾਂ ਨੂੰ ਜਿਹੜੇ ਲੋਕ ਮਿਲੇ ਹੋਏ ਨੇ ਇਹਨਾਂ ਦੇ ਨਾਲ ਤਸਕਰਾਂ ਦੇ ਨਾਲ, ਘੱਟੋ ਘੱਟ ਤਾਂ ਸ਼ਰਮ ਆਉਣੀ ਚਾਹੀਦੀ। ਪਰ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ SHO ਲਾਉਣ ਦੀ ਲੋੜ ਨਹੀਂ ਹੈਗਾ, ਉਹਨਾਂ ਨੂੰ DSP ਲਾਉਣ ਦੀ ਲੋੜ ਨਹੀਂ ਆ, ਉਹਨਾਂ ਨੂੰ ਕੁਰਸੀਆਂ ਦੇਣ ਦੀ ਲੋੜ ਨਹੀਂ ਹੈਗੀ। ਜਿਹੜੇ ਨਹੀਂ ਕੰਮ ਕਰਦੇ ਤੁਸੀਂ ਬਦਲ ਦਿਉ, ਤੁਹਾਡੇ ਕੋਲ ਇੰਨੇ ਅਫਸਰ, ਤੁਸੀਂ ਜਦ ਇਹ ਕਹਿ ਦਿੱਤਾ ਸੀ ਤਹਿਸੀਲਦਾਰਾਂ ਨੂੰ ਅਤੇ ਪਟਵਾਰੀਆਂ ਨੂੰ ਵੀ ਮੇਰੇ ਕੋਲ ਹੋਰ ਬਹੁਤ ਸਾਰੇ ਅਫਸਰ, ਅਤੇ ਤੁਹਾਡੇ ਕੋਲ 82,000 ਤੋਂ ਜ਼ਿਆਦਾ ਪੁਲਿਸ ਆ, ਸਿਪਾਹੀ ਤੋਂ ਲੈ ਕੇ DGP ਤੱਕ, ਉਹ DGP ਇੱਕੋ ਇੱਕ ਹਿੰਦੁਸਤਾਨ ਦਾ ਸਟੇਟ ਹੈ ਜਿੱਥੇ 18 DGP ਨੇ। ਤੁਸੀਂ ਜਿਹਨੂੰ ਮਰਜ਼ੀ ਸਿਪਾਹੀ ਤੋਂ ਲੈ ਕੇ DGP ਤੱਕ ਬਦਲ ਸਕਦੇ ਹੋ, ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਤਾਂ ਬਦਲੋ, ਜਿਹੜੇ ਨਾਲ ਮਿਲੇ ਹੋਏ ਉਹਨਾਂ ਨੂੰ ਤਾਂ ਬਦਲੋ। ਫਿਰ ਅਸੀਂ ਕਰਾਂਗੇ ਕਿ ਸਾਨੂੰ ਵਾਕਈ ਪੰਜਾਬ ਦੇ ਵਿੱਚ ਅਜਿਹਾ ਹੀ ਮੁੱਖ ਮੰਤਰੀ ਚਾਹੀਦਾ ਜਿਹੜੇ ਜੋ ਕਹਿ ਦਿੰਦੇ ਨੇ ਉਹ ਕਰਦੇ ਨੇ। ਜਿਹਨੂੰ ਆਪਾਂ ਇੱਕ ਕਹਿੰਦੇ ਨਾ ਕਹਿਣੀ ਅਤੇ ਕਰਨੀ ਦਾ ਫਰਕ, ਅਸੀਂ ਉੱਦਣ ਮੰਨਾਂਗੇ ਕਿ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ, ਇਟ ਮੀਨ ਕੋਈ ਭਗਵੰਤ ਮਾਨ, ਵੀ ਜਿਹਦੀ ਕਹਿਣੀ ਅਤੇ ਕਰਨੀ 'ਚ ਕੋਈ ਫਰਕ ਨਹੀਂ, ਉਹਦਾ ਨਾਮ ਆ ਭਗਵੰਤ ਮਾਨ। ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਤਜਰਬਾ ਹੈਗਾ ਕਦੀ ਸਾਨੂੰ ਸੁਣਨ ਨੂੰ ਮਿਲੂਗਾ ਵੀ 1 ਮਹੀਨਾ ਲੰਘ ਗਿਆ, 1 ਵੀ ਮੌਤ ਨਸ਼ੇ ਨਾਲ ਨਹੀਂ ਹੋਈ? ਨਾ, ਕਦੀ ਹੋ ਨਹੀਂ ਸਕਦਾ, ਕਿਉਂਕਿ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਜਿਵੇਂ ਪਹਿਲਾਂ ਮੈਂ ਜ਼ਿਕਰ ਕਰ ਜੂਗਾ, ਪੋਲੀਟੀਕਲ ਵਿਲ ਉਹਨਾਂ ਦੀ ਹੈ, ਪਰ ਉਹਨਾਂ ਨੂੰ ਥੱਲੇ ਕਰਨਾ ਪੈਣਾ ਕੰਮ, ਉਹ ਪੁਲਿਸ ਨੇ ਕਰਨਾ, ਉਹ ਲੋਕਲ ਕਮੇਟੀਆਂ ਨੇ ਕਰਨਾ। ਪਿੱਛੇ ਜੇ ਲੋਕਲ ਕਮੇਟੀਆਂ ਬਣ ਗਈਆਂ ਪਿੰਡਾਂ ਦੇ ਕਮੇਟੀਆਂ, ਕਈ ਉਹ ਟਾਰਗੇਟ ਆ ਗਏ, ਕਈ ਗੈਂਗ ਉਹਨਾਂ ਨਸ਼ੇ ਦੇ ਤਸਕਰ ਮਾਰ ਗਏ। ਹੁਣ ਜਿਹੜਾ ਸਰਹੱਦੀ ਜ਼ਿਲ੍ਹੇ ਨੇ, ਸਰਹੱਦੀ ਜ਼ਿਲ੍ਹੇ ਦੇ ਵਿੱਚ ਗਵਰਨਰ ਨੇ ਆਪਣੇ ਫੰਡ ਦੇ ਵਿੱਚੋਂ ਕਹਿ ਦਿੱਤਾ ਕਿ ਜਿਹੜੀ ਨਸ਼ੇ ਦੇ ਖਿਲਾਫ਼ ਕਮੇਟੀਆਂ ਵਧੀਆ ਕੰਮ ਕਰਨਗੀਆਂ ਮੈਂ 5 ਲੱਖ ਰੁਪਈਆ ਦਊਂਗਾ। ਪਿੱਛੇ ਜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਗਵਰਨਰ ਦੇ ਫੰਡ 'ਚੋਂ 3 ਪੰਚਾਇਤਾਂ ਨੂੰ ਸਨਮਾਨ ਕੀਤਾ ਹੈਗਾ। ਹੁਣ ਸਵਾਲ ਹੈ, ਜਦ ਸਾਡੇ ਥਾਣੇ ਮਿਲੇ ਹੋਏ ਨੇ, ਸਾਡੀਆਂ ਪੰਚਾਇਤਾਂ ਮਿਲੀਆਂ ਹੋਈਆਂ ਨੇ, ਤਾਂ ਕਿਵੇਂ ਕੀਤਾ ਜਾ ਸਕਦਾ? ਉਹ ਨੈਕਸਿਸ ਤੋੜਨ ਵਾਸਤੇ ਜਦ ਤੱਕ ਪਰਿਵਾਰ, ਸਮਾਜ ਅਤੇ ਸਰਕਾਰ ਇਕੱਠੇ ਨਹੀਂ ਨਾ ਹੁੰਦੇ,
ਉਹਨਾਂ 'ਚ ਨਸ਼ਾ ਨਹੀਂ ਖਤਮ ਹੋਇਆ। ਉਹ ਪਰਿਵਾਰ ਕਿਉਂ? ਕਿਉਂਕਿ ਪਰਿਵਾਰ ਨੂੰ ਪਤਾ ਜੇ ਸਾਡਾ ਧੀ ਪੁੱਤ ਖਾਣ ਲੱਪਿਆ ਉਹਦਾ ਇਲਾਜ ਕਰੋ, ਸਮਾਜ ਇਕੱਠਾ ਹੋਵੇ ਅਤੇ ਸਮਾਜ ਦੇ ਨਾਲ ਫਿਰ ਸਰਕਾਰ, ਪਰ ਪਰਿਵਾਰ ਅਤੇ ਸਮਾਜ ਇਕੱਠਾ ਹੋ ਰਿਹਾ, ਸਰਕਾਰ ਨਹੀਂ ਇਕੱਠੀ ਹੋ ਰਹੀ। ਉਹਦੇ ਸਰਕਾਰ ਕੌਣ ਆ? ਪੁਲਿਸ। ਪੁਲਿਸ ਵਾਲਿਆਂ ਦੀ ਬਹੁਤ ਜ਼ਿਆਦਾ ਮਿਲੀ ਭੁਗਤਾ, ਕਿਉਂਕਿ ਇਹਨਾਂ ਦੇ ਮੂੰਹ ਨੂੰ ਵੀ ਨਾ ਚਿੱਟਾ ਲੱਗਿਆ ਹੋਇਆ, ਇਹ ਚਿੱਟਾ ਉਹਨਾਂ ਨੂੰ ਤਾਂ ਮੁੰਡਿਆਂ ਨੂੰ ਤਾਂ ਚਿੱਟਾ ਨਸ਼ਾ ਲੱਗਣਾ, ਇਹਨਾਂ ਨੂੰ ਚਿੱਟੇ ਚਿੱਟੇ ਨੋਟ ਲੱਗੇ ਇਹਨਾਂ ਦੇ ਮੂੰਹ 'ਤੇ। ਉਹ ਕਮਾਈ ਬਹੁਤ ਆ, ਇਹਨਾਂ ਨੇ ਮਹੀਨੇ ਬੱਝੇ ਹੋਏ ਨੇ। ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਤੁਹਾਡੇ OSD ਸਾਹਿਬ ਨੇ ਜਾਂ ਕੋਈ ਹੋਰ ਨਾ, ਉਹ ਇੱਕ ਰਿਕਾਰਡ ਚੈੱਕ ਕਰਨ ਕਿ 2007 ਤੋਂ ਲੈ ਕੇ 22 ਤੱਕ 400 ਦੇ ਜ਼ਿਆਦਾ ਥਾਣੇ ਨਹੀਂ ਹੈਗੇ, ਠੀਕ ਹੈ। ਚੈੱਕ ਕਰਨ ਕਿ ਪਿਛਲੇ 2007 ਤੋਂ ਲੈ ਕੇ 22 ਤੱਕ 15 ਸਾਲ ਦੇ ਵਿੱਚ ਕਿਹੜੇ SHO ਲੱਗੇ ਰਹੇ ਨੇ, ਕਿਹੜੇ DSP ਲੱਗੇ ਰਹੇ ਨੇ, ਕਿਹੜੇ SSP ਲੱਗੇ ਰਹੇ ਨੇ, ਕਿਹੜੇ SP ਲੱਗੇ ਰਹੇ ਨੇ। ਜਿਹੜੇ ਪਿਛਲੇ 15-15 ਸਾਲ ਤੋਂ ਲੱਗੇ ਰਹੇ ਹੈਗੇ ਨੇ, ਤੁਸੀਂ ਉਹਨਾਂ ਨੂੰ ਬਦਲ ਦਿਉ, ਘੱਟੋ ਘੱਟ ਪੂਰਾ ਨਹੀਂ ਤਾਂ ਪੰਜਾਬ ਦੇ ਵਿੱਚ ਅੱਧ ਤੋਂ ਜ਼ਿਆਦਾ ਤਾਂ ਨਸ਼ਾ ਖਤਮ ਹੋ ਹੀ ਸਕਦਾ ਹੈਗਾ ਨਾ, ਕਿਉਂਕਿ ਇਹਨਾਂ ਦਾ ਪਤਾ, ਸਾਰਿਆਂ ਨੂੰ ਤਸਕਰਾਂ ਪਤਾ ਕਿ ਇਹਦੇ ਆਪਣੇ ਹੀ ਆ। ਇਸ ਕਰਕੇ ਇਹਨਾਂ ਨੂੰ ਬਦਲਣ ਦੀ ਜ਼ਰੂਰਤ ਹੈ। ਜੇ ਪੰਜਾਬ ਦੀ ਜਨਤਾ ਨੇ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਬਦਲ ਕੇ ਅਮੀਰ ਸੀ ਨਾ ਕਿ ਆਪ ਵਾਲੇ ਕੰਮ ਕਰਨਗੇ, ਤਾਂ ਹੀ ਬਨਵੇ ਲਿਆਉਂਦੇ ਨੇ। ਅਤੇ ਫਿਰ ਆ ਪੁਲਿਸ ਅਫਸਰ ਵੀ ਅਤੇ ਜਿਹੜੇ ਹੋਰ ਲੋਕ ਹੈਗੇ ਨੇ ਜਿਹੜੇ ਮਿਲੇ ਹੋਏ ਨੇ ਗੈਰ ਸਮਾਜਿਕ ਅੰਸਰਾਂ ਦੇ ਨਾਲ, ਉਹਨਾਂ ਨੂੰ ਬਦਲ ਦਿਉ, ਸ਼ਾਇਦ ਉੱਥੇ ਫਰਕ ਪੈ ਜਾਵੇ।